हेलो हेलो पाजी, मैं हरदीप बोल रहा जी। हाँ हरदीप बोल पाजी थोड़े पैसे भेज देंदे जी। यार। हजे तू थोड़े दिन पहला तो फोन किया सी, तैनूं मैं कह के हटे हाँ यार, लॉकडाउन है जे मैं पैसे नहीं दे सकता। तेरी कड़ा कल्ली तनखा, मैं किन्ने तो पैसे लैन वाले आ। घर राशन पानी बहुत खाया जी। नहीं तुहाडे हुण मैं पिछे के अपने घर दी चीजां बेचदा, तुसीं तां यार पखंड बणाए। शुकर करो मैं किसे नूं नौकरी तों नहीं कढ़िया। मैं कहिंदा वी जिद्दां चलदा चल चली जावे, कोई नहीं औखा टाइम है लंघ जू। तुसीं उत्ते उही गल्लां फिर। ਹੋਰ ਭਾਅ ਜੀ ਕਿੱਦਾਂ ਆਉਣਾ ਹੋਇਆ? ਭਾਅ ਜੀ ਇੱਕ ਛੋਟਾ ਜਿਹਾ ਕੰਮ ਸੀ ਬਈ, ਥੋੜ੍ਹੇ ਪੈਸੇ ਦੀ ਲੋੜ ਸੀਗੀ। ਯਾਰ ਤੈਨੂੰ ਪਤਾ ਹੀ ਆ ਹਾਲਾਤ ਕਿੱਦਾਂ ਦੇ ਚੱਲ ਰਹੇ ਨੇ, ਇਸ ਸਮੇਂ ਹੱਥ ਬਹੁਤ ਤੰਗ ਆ। ਚਲੋ ਕੋਈ ਨਾ ਭਾਅ ਜੀ, ਫਿਰ ਕੋਈ ਹੋਰ ਕੰਮ ਹੋਇਆ ਜ਼ਰੂਰ ਦੱਸਿਓ ਭਾਅ ਜੀ। ਕੋਈ ਨਹੀਂ ਭਾਈ। ਹੋਰ ਭਾਅ ਜੀ ਕੀ ਹਾਲ? ਬਸ ਵਧੀਆ। ਕਿੱਧਰ ਚਲੇ ਨੇ ਭੈਣ? ਮੈਂ ਭਾਅ ਜੀ ਉੱਧਰ ਚੱਲਿਆ, ਸਰਕਾਰ ਉਹ ਜਿਹੜਾ ਰਾਸ਼ਨ ਆ ਉਹਦੇ ਵਿੱਚ ਨਾਮ ਲਿਖਾਉਣ ਚੱਲਿਆ ਜੀ। ਕਿੱਥੇ ਭਾਅ ਜੀ? ਪਿੰਡ ਦੀ ਫਿਰਨੀ ਦੇ ਕੋਲ ਗੁਰਦੁਆਰੇ ਚੱਲਿਆ ਜੀ ਨਾਮ ਲਿਖਾਉਣ। ਅੱਛਾ ਠੀਕ ਹੈ ਜੀ, ਠੀਕ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਬਣਿਆ, ਹੋਇਆ ਕੋਈ ਇੰਤਜ਼ਾਮ? ਨਾ ਮਨਜੀਤ ਕੌਰ, ਕੁਛ ਨਹੀਂ ਬਣਿਆ। ਮੈਨੂੰ ਨਿਮਾ ਮਿਲਿਆ ਸੀ ਰਾਹ 'ਚ, ਕਹਿੰਦਾ ਉਹ ਰਾਸ਼ਨ ਵਾਲਿਆ ਪਿੰਡ 'ਚ ਸਰਕਾਰ ਵੱਲੋਂ ਜਿਹੜਾ ਲੋੜਵੰਦਾਂ ਨੂੰ ਮਿਲਣਾ। ਸਰਕਾਰੀ ਤੇਰੀ ਆ, ਤੁਸੀਂ ਵੀ ਜਾ ਆਓ। ਚੱਲ ਮੈਂ ਦੇਖਦਾ ਵਾਂ ਕੱਲ੍ਹ ਸਵੇਰੇ ਜਾ ਆਉਂਦਾ। ਭਾਅ ਜੀ ਰਾਸ਼ਨ ਵਾਲੀ ਲਿਸ਼ ਦੇ ਨਾਂ ਲਿਖਾਉਣਾ ਸੀਗਾ। ਭਾਅ ਜੀ ਆਧਾਰ ਕਾਰਡ ਦਿਓ ਜੀ। ਕਿੰਨੇ ਮੈਂਬਰ ਆ ਘਰੇ ਜੀ? ਚਾਰ। ਚਲੋ ਠੀਕ ਆ, ਤੁਹਾਡਾ ਲਿਖ ਤਾ ਜੀ, ਕੱਲ੍ਹ ਇਸੇ ਸਮੇਂ ਆ ਜਿਓ ਜੀ। ਠੀਕ। ਸਰਪੰਚ ਸਾਹਿਬ ਤੋਂ ਰਾਸ਼ਨ ਲੈ ਲਓ ਜੀ। ਠਹਿਰ ਜਾ ਠਹਿਰ ਜਾ, ਤੂੰ ਗੁਰਦੇਵ ਦਾ ਮੁੰਡਾ ਨੀ? ਤੇਰੀ ਤਾਂ ਚੰਗੀ ਭਲੀ ਨੌਕਰੀ ਆ, ਰਾਸ਼ਨ ਲੋੜਵੰਦਾ ਗਰੀਬਾਂ ਲਈ ਆਇਆ, ਤੈਨੂੰ ਨਹੀਂ ਅਸੀਂ ਦੇ ਸਕਦੇ। ਸਰਪੰਚ ਸਾਹਿਬ, ਜੇ ਮੈਨੂੰ ਲੋੜ ਆ ਨਾ ਮੈਂ ਤਾਂ ਹੀ ਆਇਆ, ਜੇ ਗਰੀਬ ਭੁੱਖਾ ਮਰ ਰਿਹਾ ਨਾ ਜੇ ਦੂਜੇ ਪਾਸੇ ਮਿਡਲ ਕਲਾਸ ਵੀ ਭੁੱਖਾ ਮਰ ਰਿਹਾ ਵਾ, ਬਸ ਫਰਕ ਇੰਨਾ ਆ ਮਿਡਲ ਕਲਾਸ ਅੰਦਰੋਂ ਅੰਦਰ ਹੀ ਭੁੱਖਾ ਮਰ ਰਿਹਾ, ਸਰਕਾਰ ਤੋਂ ਇੰਨੀ ਹੀ ਉਮੀਦ ਸੀ। ਚੰਗਾ ਜੀ ਸਰਪੰਚ ਸਾਹਿਬ, ਕਿਉਂ ਮੂਰਤਾਂ ਖਰਾਬ ਕਰਦੇ ਹੋ? ਆਪਾਂ ਕਿਹੜਾ ਪੱਲਿਓ ਪਾ ਕੇ ਦੇਣਾ, ਆਪਾਂ ਤਾਂ ਲੋਕਾਂ ਦੀ ਹਮਦਰਦੀ ਵੀ ਲੈਣੀ ਆ। ਸਰ ਅਸੀਂ ਟਰੈਵਲ ਹੰਟਰ ਨਿਊਜ਼ ਤੋਂ ਆਏ ਹਾਂ, ਇਸ ਦੁਨੀਆ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਮਹਾਂਮਾਰੀ ਫੈਲੀ ਹੋਈ ਆ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ਼ਨ ਕਰਨੀ ਆ। ਸਰ ਪੂਰੀ ਦੁਨੀਆ ਵਿੱਚ ਮਹਾਂਮਾਰੀ ਫੈਲੀ ਹੋਈ ਹੈ, ਜਿਸ ਕਾਰਨ ਸਾਡੇ ਦੇਸ਼ ਵਿੱਚ ਵੀ ਕਰੋਨਾ ਦੇ ਬਹੁਤ ਜ਼ਿਆਦਾ ਪੋਜ਼ਿਟਿਵ ਕੇਸ ਸਾਹਮਣੇ ਆ ਰਹੇ ਨੇ, ਜਿਸ ਕਾਰਨ ਸਰਕਾਰ ਨੇ ਲੋਕਡਾਊਨ ਨੂੰ ਹੋਰ ਜ਼ਿਆਦਾ ਅੱਗੇ ਤੱਕ ਵਧਾ ਦਿੱਤਾ ਹੈ। ਇਸ ਵਿੱਚ ਜਿਹੜਾ ਵਿਅਕਤੀ ਰੋਜ਼ ਕਮਾ ਕੇ ਖਾਣ ਵਾਲਾ ਹੈ ਉਸਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
सरकार अपने वालों हर संभव कोशिश कर रही है ता जो गरीब बंदे तक राशन मुहैया करा सके। सरकार वालों जिन्ना राशन आ रहा असी सारा गरीब बंदे च वंड रहे हैं। मैं तुहाडे चैनल के माध्यम राही सरकार नूं यह दसना चाहुंदा कि अज गरीब बंदे दे नाल नाल मिडल क्लास मध्यम वर्ग के लोगों को भी भुखमरी का सामना करना पै रहा है। असी अपने पद्धर से जिनी हो सकती है उन्नी कोशिश कर रहे हैं ता जो मिडल क्लास लोगों तक भी राशन पहुँच सके। ठीक है सर, कुछ गल्लां ते तुसीं चानना पाया उहदे लई तुहाडा धन्यवाद। चंगा जी। आ देखियो बस सरपंच साहब आए ने। अच्छा आ जाओ सरपंच साहब आ जाओ। और बेटा की हाल आ? काका सानू सरकार वालों इन्ना राशन नहीं आया कि असी हरेक लोड़वंदा नू दे सकीए। असी अपने पद्धर ते भी कोशिश कर रहे हैं ता जो गरीब दे नाल नाल मिडल क्लास नू भी राशन मिल सके। साडे वालों थोड़ा जिहा राशन मार वक्त दी ऐसी पैगी फस गया मिडल क्लास बंदा सरकार भी हुण टाल मटोले करदी किधर नूं हुण जावे बंदा किधर नूं हुण जावे बंदा। हरदीप नूं तां राशन मिल गया पर उहदे वांग पता नहीं होर किन्ने कैसे मिडल क्लास परिवार ने जिन्हां तक ना तां कोई NGO ते ना ही कोई सरकार दा नुमाइंदा पहुँच रहा। असीं भी अपनी वीडियो राहीं यही छोटा जिहा मैसेज देने की कोशिश की। जे वधिया लग्गिया लाइक शेयर ते सबसक्राइब जरूर करो।